ਭਾਈ ਮੇਰਾ ਨਾਮ ਪ੍ਰਿੰਸ ਆ, ਮੈਂ ਵੀ ਪਿੰਗਾ ਵਾਲੇ ਚੌਂਕ ਤੋਂ ਹੀ ਹਾਂ। ਇਹਨਾਂ ਤੋਂ ਮੈਂ ਜੂਸ ਲੈ ਗਿਆ, ਠੀਕ ਹੈ। ਇਹਨਾਂ ਨੂੰ ਕਿਹਾ ਵੀ ਬੱਚੇ ਨੇ ਪੀਣਾ ਆ, ਵਿੱਚ ਦੇਖ ਲਓ ਮੱਖੀ ਲੱਗਦੀ ਆ। ਨਹੀਂ, ਕਹਿੰਦੇ ਸਾਡੀ ਚੀਜ਼ ਫਰੈਸ਼ ਹੁੰਦੀ ਆ, ਮਾੜੀ ਹੁੰਦੀ ਨਹੀਂ। ਘਰੇ ਗਏ, ਜੂਸ ਕੱਢਿਆ, ਜੂਸ ਦੇ ਵਿੱਚੋਂ ਚੂਹੇ ਦਾ ਗੰਦ ਨਿਕਲਿਆ, ਚੂਹੇ ਦੀ ਪੋਟੀ ਨਿਕਲੀ, ਠੀਕ ਆ। ਅਸੀਂ ਇਹਦੇ ਕੋਲ ਲੈ ਕੇ ਆਏ, ਕਹਿੰਦਾ ਨਹੀਂ ਜੀ ਪੱਤੇ ਡਿੱਗੇ ਆ ਕੇਲੇ ਦੇ। ਕੱਢ ਕੇ ਦਿਖਾ ਤਾ ਸਾਹਮਣੇ, ਤੁਹਾਡੇ ਸਾਹਮਣੇ ਵੀਡੀਓ 'ਚ ਵੀ ਦੇਖ ਲਈਓ। ਫੇਰ ਵੀ ਬੰਦਾ ਮੰਨਦਾ ਨਹੀਂ ਪਿਆ, ਬਾਜ਼ਾਰ 'ਚ ਬੈਠਾ ਐਡੀ ਇਹਨਾਂ ਦੁਕਾਨ ਪਾਈ ਹੈ, ਗੰਦ ਸਾਨੂੰ ਖਿਲਾਉਂਦਾ ਆ, ਜ਼ਹਿਰ ਖਿਲਾਉਂਦਾ। ਦੇਖ ਲਓ ਦੁਕਾਨ ਦਾ ਕੀ ਨਾਮ ਆ? ਆਹ ਦੇਖ ਲਓ, ਰੇਸ਼ੀ ਜੂਸ ਐਂਡ ਸ਼ੇਕ ਬਾਰ। ਬਹੁਤ ਵਾਰੀ ਅੱਗੇ ਵੀ ਸਮਝਾਇਆ, ਬੰਦੇ ਮੰਨੇ ਨਹੀਂ। ਅੱਗੇ ਇਹਨਾਂ ਦਾ ਫਰੂਟ ਲੈ ਗਿਆ, ਫਰੂਟ ਗਲਿਓ ਨਿਕਲੇ। ਉਸ ਵੇਲੇ ਵੀ ਅਸੀਂ ਮੋੜਨ ਆਏ, ਫੋਟੋਆਂ ਹਜੇ ਵੀ ਮੇਰੇ ਫੋਨ 'ਚ ਹੀ ਹੋਣੀਆਂ ਆ, ਵਟਸਐਪ ਕੀਤੇ ਸੀ। ਕਿਹੜੇ ਸ਼ਹਿਰ 'ਚ ਦੁਕਾਨ? ਗਰਾਇਆਂ 'ਚ ਭਾਜੀ, ਫਾਟਕ ਟੱਪ ਕੇ ਆ, ਰੋਡਕਾ ਰੋਡ 'ਤੇ, ਦੇਖ ਲਈਓ ਥੋੜ੍ਹਾ ਜਿਹਾ। ਕਹਿੰਦੇ ਜੂਸ ਦੇ ਵਿੱਚ ਗੰਦ ਆਇਆ, ਮੀਂਗਣ ਸੀ ਚੂਹੇ ਦੀ। ਮੈਂ ਤਾਂ ਦੇਖ ਲਿਆ, ਚੰਗੇ ਸੀ ਪੁੱਛੇ ਉੱਪਰ ਪੈ ਗਿਆ, ਮੈਂ ਤਾਂ ਗੱਲ ਕਹਿੰਦਾ ਦੇ ਲਾ, ਮੈਂ ਕੋਈ ਗਲਤ। ਪਰ ਉਹ ਕਹਿੰਦੇ ਇਹ ਚੀਜ਼ ਨਹੀਂ ਸੀ ਉਹ ਯਾਰ, ਮੈਂ ਆ ਦੇ ਲਓ ਕਹਿੰਦਾ ਆ ਜੀ, ਮੈਂ ਕੋਈ ਝੂਠ ਮਾਰਦਾ ਯਾਰ, ਕੋਈ ਦੱਸ ਕੇ ਨਹੀਂ ਜਾਂਦੇ ਅੱਜ ਕੱਲ੍ਹ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ APਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ APਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।